ਹੋ ਤੇਰੀ ਕੁੜਤੀ ਦੇ ਮੋਰ ਮੈਨੂੰ ਆਖਦੇ ਲੈ ਫਿਰ ਉਹੀ ਦਿਨ ਆ ਗਏ ਵਸਾਖ ਦੇ ਤੇਰੀ ਕੁੜਤੀ ਦੇ ਮੋਰ ਮੈਨੂੰ ਆਖਦੇ ਲੈ ਫਿਰ ਉਹੀ ਦਿਨ ਆ ਗਏ ਵਸਾਖ ਦੇ ਹੋ ਤੇਰੀ ਕੁੜਤੀ ਦੇ ਮੋਰ ਮੈਨੂੰ ਆਖਦੇ ਲੋ ਜੀ ਫਿਰ ਉਹੀ ਦਿਨ ਆ ਗਏ ਨੇ ਵਿਸਾਖ ਦੇ ਰੇਡੀਓ ਹਾਂਜੀ 1674 AM ਅਤੇ ਮੈਂ ਗੌਤਮ ਕਪਿਲ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਅਤੇ ਇੱਕ ਵਾਰ ਫਿਰ ਤੋਂ ਇਸ ਖਾਸ ਹਿੱਸੇ ਦੇ ਵਿੱਚ ਇੱਕ ਖਾਸ ਸ਼ਖਸੀਅਤ ਨੂੰ ਲੈ ਕੇ ਆਇਆ ਜੀ ਲਾਈਏ ਜੇ ਯਾਰੀਆਂ ਦਾ ਇਹ ਗਾਣਾ ਤੁਸੀਂ ਸੁਣ ਰਹੇ ਹੋ ਅਤੇ ਬੜਾ ਹਿੱਟ ਚੱਲ ਰਿਹਾ ਅੱਜ ਕੱਲ੍ਹ ਰੇਡੀਓ 'ਤੇ ਤਾਂ ਤੁਸੀਂ ਸਾਰਾ ਦਿਨ ਸੁਣੀ ਰਹੀ ਹੈ ਜੀ ਅਤੇ ਬੜੀ ਧਮਾਲ ਪੈ ਚੁੱਕੀ ਹੈ ਹਾਲੇ ਤਾਂ ਇੱਕ ਪੋਸਟਰ ਰਿਲੀਜ਼ ਹੋਇਆ ਸੀਗਾ ਪਹਿਲਾ ਹੀ ਪੋਸਟਰ ਜਦ ਮੈਂ ਦੇਖਿਆ ਸਵੇਰੇ ਸਵੇਰੇ ਉੱਠਦੇ ਹੀ ਹਰੀਸ਼ ਵਰਮਾ ਹੋਰਾਂ ਦਾ ਅਤੇ ਪਿੱਛੇ ਰੂਪੀ ਗਿੱਲ ਉਹਨਾਂ ਨੂੰ ਘੂਰ ਰਹੇ ਨੇ ਆ ਜੋ ਪੁੱਛਦੇ ਹਾਂ ਫਿਰ ਹਰੀਸ਼ ਵਰਮਾ ਹੋਰਾਂ ਤੋਂ ਵੀ ਕੀ ਹੈ ਰਾਜ਼ ਇਸ ਪੋਸਟਰ ਦਾ ਲਾਈਏ ਜੇ ਯਾਰੀਆਂ ਨਵੀਂ ਫਿਲਮ ਲੈ ਕੇ ਹਾਜ਼ਰ ਹੋਏ ਨੇ ਭਾਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਰੇਡੀਓ ਹਾਂਜੀ 1674 AM ਤੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕਿੱਦਾਂ ਕਹਦਾ ਭਾਜੀ ਸਾਰੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚਲੋ ਬਹੁਤ ਵਧੀਆ ਭਾਜੀ ਅੱਛਾ ਇੱਕ ਤਾਂ ਪਹਿਲਾਂ ਮੈਂ ਇਹ ਤੋਂ ਸ਼ੁਰੂ ਕਰਦਾ ਆਪਣੀ ਪਿਛਲੀ ਇੰਟਰਵਿਊ 'ਚ ਆਪਾਂ ਗੱਲ ਵੀ ਕੀਤੀ ਸੀਗੀ ਅਸ਼ਕੇ 'ਚ ਜਿਹੜਾ ਇੱਕ ਜਾਗ ਲਾ ਗਏ ਸੀ ਨਾ ਤੁਸੀਂ ਉਹ ਹੁਣ ਪੂਰਾ ਕਰਨ ਜਾ ਰਹੇ ਹੋ ਮੈਨੂੰ ਲੱਗਦਾ ਇੱਕ ਲੁੱਕ ਦਿੱਤੀ ਸੀਗੀ ਅਤੇ ਮਤਲਬ ਐਂ ਹੁੰਦਾ ਸੀਗਾ ਓਹੋ ਆਹ ਸੀਨ ਦੇ ਨਾਲ ਗੱਲ ਖਤਮ ਨਹੀਂ ਸੀ ਹੋਣੀ ਚਾਹੀਦੀ ਹੁਣ ਲੱਗਦਾ ਹੈ ਕਿ ਹੁਣ ਕਿਵੇਂ ਭਾਜੀ ਇਹ ਸਾਰੀ ਫਿਲਮ ਬਾਰੇ ਥੋੜ੍ਹਾ ਜਿਹਾ ਦੱਸਿਓ ਜ਼ਰੂਰ ਪਲੀਜ਼ ਹਾਂਜੀ ਫਿਲਮ ਸਾਡੀ ਜਿੱਦਾਂ ਪਤਾ ਹੀ ਹੈ ਸਾਰਾ ਹੈ ਨਾ ਆਪਣੇ ਦਰਸ਼ਕਾਂ ਨੂੰ ਵੀ ਲਿਸਨਰਸ ਨੂੰ ਵੀ ਬਈ ਰਿਦਮ ਬੋਇਜ਼ ਦੀ ਪੇਸ਼ਕਾਰੀ ਹੈ ਜੀ ਤੇ ਪੈਪੀਲੋ ਮੀਡੀਆ ਦੀ ਐਸੋਸੀਏਸ਼ਨ ਦੇ ਵਿੱਚ ਹੈ ਨਾ ਜੀ ਜੀ ਫਿਲਮ ਬਹੁਤ ਜ਼ਿਆਦਾ ਖੂਬਸੂਰਤ ਹੈ ਜੀ ਮੈਂ ਮਤਲਬ ਆਪ ਜੋ ਰਸ਼ੀਸ ਦੇਖੇ ਨੇ ਡਬਿੰਗ ਕਰਦੇ ਜੋ ਦੇਖੀ ਹੈ ਸੋ ਆਈ ਐਮ ਵੈਰੀ ਐਕਸਾਈਟਿਡ ਜਿਵੇਂ ਪਿਛਲੀ ਫਿਲਮ ਸਾਡੀ ਆਈ ਸੀਗੀ ਗੋਲਕ ਬੁਗਨੀ ਅਮਰਿੰਦਰ ਭਾਜੀ ਹੋਰਾਂ ਦੀ ਮੇਰੀ ਹੁਣ ਫਿਰ ਅਸ਼ਕੇ ਤੇ ਮੈਂ ਆਪ ਇਸ ਗੱਲ ਨੂੰ ਲੈ ਕੇ ਬੜਾ ਬਲੈਸਡ ਫੀਲ ਕਰਦਾ ਪਈ ਹੈ ਨਾ ਰਿਦਮ ਬੋਇਜ਼ ਦੇ ਵਿੱਚ ਮੈਂ ਕੰਮ ਕਰਦਾ ਅਮਰਿੰਦਰ ਭਾਜੀ ਹੋਰਾਂ ਦੇ ਨਾਲ ਮੈਂ ਕੰਮ ਕਰਦਾ ਫਿਲਮ ਦੇ ਵਿੱਚ ਇਹ ਜਿਹੜੀ ਫਿਲਮ ਹੈ ਇਹ ਲਿਖੀ ਧੀਰਜ ਰਤਨ ਭਾਜੀ ਦੀ ਹੈ ਅੰਬਰ ਭਾਜੀ ਹੋਰਾਂ ਨੇ ਵੀ ਵਿੱਚ ਡਾਇਲੋਗਸ ਅੰਬਰਦੀਪ ਭਾਜੀ ਦੇ ਡਾਇਲੋਗਸ ਨੇ ਸੀਨ ਉਹਨਾਂ ਨੇ ਬਹੁਤ ਮਸਾਲੇਦਾਰ ਬਣਾਏ ਅੰਬਰ ਭਾਜੀ ਦੇ ਕੋਲ ਤੇ ਰੂਪੀ ਗਿੱਲ ਹੋਰਾਂ ਫਿਲਮ 'ਚ ਨੇ ਰੁਬੀਨਾ ਬਾਜਵਾ ਜੀ ਤੇ ਅੰਬਰ ਭਾਜੀ ਵੀ ਮਤਲਬ ਸਾਰੇ ਬਹੁਤ ਕਮਾਲ ਦੇ ਕਲਾਕਾਰ ਨੇ ਫਿਲਮ ਬਹੁਤ ਖੂਬਸੂਰਤ ਹੈ ਮਤਲਬ ਹੈ ਨਾ ਕੈਨੇਡਾ ਹੀ ਸ਼ੂਟ ਹੋਈ ਹੈ ਸਾਰੀ ਇੰਡੀਆ ਵੀ ਹੋਈ ਹੈ ਇਵਨ ਰਾਈਟ ਮੇਰਾ ਪਾਰਟ ਇੰਡੀਆ ਵੀ ਹੋਇਆ ਤੇ ਮੇਰਾ ਤੇ ਅੰਬਰ ਭਾਜੀ ਦਾ ਓਕੇ ਤੇ ਸੁਖ ਸੰਘੇੜਾ ਹੋਰਾਂ ਨੇ ਫਿਲਮ ਡਾਇਰੈਕਟ ਕੀਤੀ ਹੈ ਸੁਖ ਸੰਘੇੜਾ ਮੇਰੇ ਖਿਆਲ ਨਾਲ ਅਸ਼ਕੇ ਚ ਸਿਨੇਮਾਟੋਗ੍ਰਾਫੀ ਇਹੀ ਸਾਂਭ ਰਹੇ ਸੀਗੇ ਸ਼ਾਇਦ ਸੁਖ ਹਾਂਜੀ ਸੁਖ ਇਨਵੋਲਵਡ ਸੀ ਉਹਦੇ ਵਿੱਚ ਵੀ ਜੀ ਹਾਂਜੀ ਉਹ ਸੀਗੇ ਉਹਨਾਂ ਤੋਂ ਇੱਕ ਟਿਊਨਿੰਗ ਵੀ ਬਣ ਜਾਂਦੀ ਹੈ ਹਨਾ ਕੰਮ ਕਰਨ ਦੀ ਵੀ ਪਤਾ ਲੱਗ ਜਾਂਦਾ ਵੀ ਬੰਦਾ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਐਕਟਰ ਇਹ ਡਿਮਾਂਡ ਕਰਦਾ ਇਸ ਤਰ੍ਹਾਂ ਚ ਹਾਂ ਚਲੋ ਉਹ ਇੱਕ ਵਧੀਆ ਫੀਲ ਹੋ ਰਿਹਾ ਹੋਵੇਗਾ ਮੇਰੇ ਖਿਆਲ ਨਾਲ ਭਾਜੀ ਮੈਂ ਫੀਲ ਕਰ ਸਕਦਾ ਕਿ ਸੈਟ ਦੇ ਉੱਤੇ ਜਿਸ ਤਰ੍ਹਾਂ ਦਾ ਮਾਹੌਲ ਹੋਊਗਾ ਜਿਹੜਾ ਹੁਣੇ ਤੁਸੀਂ ਜਿਹੜਾ ਗਾਣਾ ਲਾਇਆ ਨਾ ਹਾਂਜੀ ਹਾਂਜੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਉਹ ਮੈਨੂੰ ਨਾ ਉਹ ਪੰਜਾਬ ਦੀ ਸ਼ੂਟਿੰਗ ਵੀ ਯਾਦ ਆ ਗਈ ਬਹੁਤ ਖੂਬਸੂਰਤ ਗਾਣਾ ਕੋਈ ਕਰੋ ਫਿਰ ਐਕਸਪੀਰੀਅੰਸ ਸ਼ੇਅਰ ਪਲੀਜ਼ ਪੰਜਾਬ 'ਚ ਕਿੱਥੇ ਹੋਈ ਸੀ ਸ਼ੂਟਿੰਗ ਫਿਰ ਇਹ ਪੰਜਾਬ 'ਚ ਹੋਈ ਸੀਗੀ ਚੰਡੀਗੜ੍ਹ ਦੇ ਆਊਟਸਕਰਟ 'ਚ ਰਾਈਟ ਪਲੋਟ ਬੜਾ ਕਮਾਲ ਹੈ ਇਹ ਨਾ ਏਦਾਂ ਦੀ ਗੱਲ ਹੈ ਭਾਜੀ ਬਈ ਜਿਹੜੇ ਆਪਣੇ ਬਾਹਰ ਬੈਠੇ ਨੇ ਸਾਰੇ ਦਰਸ਼ਕ ਲਿਸਨਰਸ ਉਹ ਸਾਰਿਆਂ ਨੂੰ ਲੱਗਣਾ ਕਿ ਯਾਰ ਇਹ ਤਾਂ ਹੁੰਦਾ ਮੇਰੀ ਗੱਲ ਏਦਾਂ ਹੀ ਤਾਂ ਹੁੰਦਾ ਹਾਂ ਏਦਾਂ ਤਾਂ ਹੁੰਦਾ ਵਾਹ ਕਿੱਦਾਂ ਪੰਜਾਬ ਤੋਂ ਆ ਕੇ ਕੋਈ ਕਿੱਦਾਂ ਹੈ ਨਾ ਇੱਥੇ ਕਿੱਦਾਂ ਪਿਛਲੀ ਵਾਰੀ ਜਿਵੇਂ ਹੁਣ ਭਾਜੀ ਕਹਿ ਰਹੇ ਸੀਗੇ ਭਾਜੀ ਦੀ ਪਲੈਨਿੰਗ ਸੀ ਤੇ ਬਈ ਕੋਈ ਗੀਤ ਪਰ ਰੱਖ ਲੈਂਦੇ ਆ ਵਿੱਚ ਹਾਂਜੀ ਪਰ ਉਹੀ ਗੱਲ ਹੁੰਦੀ ਹੈ ਨਾ ਵੀ ਜਿਹੜੀ ਚੀਜ਼ ਬਿਲਕੁਲ ਢੁਕਵੀ ਹੋਵੇ ਨਾ ਉਹੀ ਠੀਕ ਰਹਿੰਦੀ ਹੈ ਅਮਰਿੰਦਰ ਭਾਜੀ ਹੋਰਾਂ ਦਾ ਕਾਰਜ ਭਾਜੀ ਹੋਰਾਂ ਦਾ ਇਹੀ ਤਰੀਕਾ ਪ੍ਰੋਫੈਸ਼ਨਲਿਜ਼ਮ ਜੋ ਉਹਨਾਂ ਨੂੰ ਸੂਟੇਬਲ ਲੱਗਦਾ ਨਾ ਐ ਨਹੀਂ ਵੀ ਚੱਲ ਹਰੀਸ਼ ਹੈਗਾ ਜਾਂ ਫਲਾਣਾ ਹੈਗਾ ਵਿੱਚ ਇਹਦਾ ਵੀ ਗਾਣਾ ਪਾ ਦੀ ਸੂਟੇਬਲ ਲੱਗਦਾ ਉਹਨਾਂ ਨੂੰ ਫਿਰ ਉਹ 100% ਜਿਵੇਂ ਹੁਣ ਗੱਲ ਚੱਲਦੀ ਸੀ ਭਾਈ ਨੂੰ ਗਾਣਾ ਬੜਾ ਪਸੰਦ ਆਇਆ ਸੀ ਉਹ ਕਹਿੰਦੇ ਸੀ ਤੂੰ ਗਾ ਦੇ ਹੈਨਾ ਤੇ ਉਹ ਫਿਰ ਵਿੱਚ ਜਿਹਨੂੰ ਦੇਖਿਆ ਵੀ ਸਿਚੁਏਸ਼ਨ ਦੇ ਨਾਲ ਉਸ ਹਿਸਾਬ ਨਾਲ ਜਾ ਨਹੀਂ ਰਿਹਾ ਫਿਰ ਕੋਈ ਹੋਰ ਆਪਸ਼ਨ ਦੇਖੀ ਹੈਨਾ ਸੋ ਆ ਚੱਲਦਾ ਰਹਿੰਦਾ
ਅੱਗੇ ਆਉਣ ਵਾਲੀ ਕਿਸੇ ਫਿਲਮ ਚ ਮੈਂ ਗਾ ਦੇਣਾ ਪੱਕਾ। ਨਹੀਂ ਮੈਨੂੰ ਲੱਗਦਾ ਹੁਣ ਤਾਂ ਐਲਬਮ ਹੀ ਕੱਢਦੇ, ਹੁਣ ਤਾਂ ਆ ਗਿਆ ਟਾਈਮ। ਤੇ ਕੈਨੇਡਾ ਦੀ ਸ਼ੂਟਿੰਗ ਦੇ ਪਾਰਟ ਜਿਹੜੇ ਹੋਏ ਸੀ ਸ਼ੂਟ ਭਾਜੀ, ਉੱਥੇ ਕਿਵੇਂ ਰਿਹਾ ਐਕਸਪੀਰੀਅੰਸ? ਬੜਾ ਪਿਆਰਾ ਐਕਸਪੀਰੀਅੰਸ ਰਿਹਾ ਜੀ, ਮੇਰਾ ਪਹਿਲਾ ਐਕਸਪੀਰੀਅੰਸ ਸੀਗਾ ਕੈਨੇਡਾ ਸ਼ੂਟ ਕਰਨ ਦਾ ਫਿਲਮ, ਤੇ ਵੰਡਰਫੁਲ ਐਕਸਪੀਰੀਅੰਸ ਸੀ ਬਈ। ਮੈਂ ਸਾਰੇ ਮਤਲਬ ਮੌਸਮ ਦੇਖੇ, ਇੰਨਾ ਖੂਬਸੂਰਤ ਵੈਨਕੂਵਰ ਸਰੀ ਇੱਧਰ ਸ਼ੂਟ ਕੀਤਾ ਲੈਂਕਲੀ, ਬਹੁਤ ਖੂਬਸੂਰਤ ਰਿਹਾ ਐਕਸਪੀਰੀਅੰਸ। ਮਤਲਬ ਕੀ ਕਹਿੰਦੇ ਆ, ਲੋਕੇਸ਼ਨਸ, ਸਨੋਫਾਲ, ਧੁੱਪ ਜਦੋਂ ਖਿੜਦੀ ਸੀ, ਹਰ ਇੱਕ ਦਿਨ ਬੜਾ ਮਜ਼ੇਦਾਰ ਸੀਗਾ। ਅਸੀਂ ਬਹੁਤ ਠੰਡਾਂ ਚ ਵੀ ਸ਼ੂਟ ਕੀਤਾ ਜਦੋਂ ਠਰਦੇ ਸੀ ਪੂਰੇ, ਮਤਲਬ ਪਰ ਉਹ ਜਦੋਂ ਸ਼ੂਟ ਕਰਦੇ ਸੀ ਉਦੋਂ ਐ ਹੁੰਦਾ ਸੀਗਾ ਵੀ ਨਹੀਂ ਹੈ ਹੀ ਨਹੀਂ, ਨਾ ਠੰਡ ਹੈ ਨਾ ਕੋਈ ਬਰਫ਼ਬਾਰੀ ਹੈ, ਕੁਛ ਨਹੀਂ ਹੈ ਬਸ। ਅੱਛਾ, ਥੋੜੀਆਂ ਤਾਂ ਹੀਰੋਇਨਸ ਵੀ ਮੈਨੂੰ ਲੱਗਦਾ ਕੈਨੇਡੀਅਨ ਨੇ, ਉਹਨਾਂ ਨੇ ਫਿਰ ਘੁਮਾਇਆ ਫਿਰਾਇਆ ਕਿਤੇ ਵੀ, ਚੱਲ ਹਰੀ ਸ਼ਾਹ ਸ਼ਾਪਿੰਗ ਕਰਾਈਏ ਤੇ। ਹਾਂ ਮਤਲਬ ਨਹੀਂ ਘੁੰਮਣ ਫਿਰਨ ਦਾ ਬਹੁਤਾ ਮੌਕਾ ਤੇ ਨਹੀਂ ਮਿਲਿਆ। ਹਾਂ ਇਹ ਹੈ ਕਿ ਜਦੋਂ ਸਾਨੂੰ ਡ੍ਰੌਪ ਕਰਦੇ ਹੁੰਦੇ ਸੀ ਤੇ ਰੂਪੀ ਹੋਰਾਂ ਅੰਮ੍ਰਿਤ ਜਿਹੜੇ ਟੇਕ ਕੇਅਰ ਕਰਦੇ ਰਹੇ ਨੇ ਅੰਮ੍ਰਿਤ ਵਾਲੀ ਵੱਲ, ਉਹ ਅਸੀਂ ਜਾ ਕੇ ਕਦੇ ਟੀਮ ਦੇ ਨਾਲ ਡਿਨਰ ਕਰ ਲਿਆ ਜਾਂ ਕਿਤੇ ਬੈਠ ਗਏ, ਕਿਉਂਕਿ ਉਹਨਾਂ ਦੀ ਡਿਊਟੀ ਲੱਗਦੀ ਸੀ ਵੀ ਇਹਨਾਂ ਦਾ ਖਿਆਲ ਰੱਖਣਾ, ਤੇ ਉਹ ਉਹ ਓਦਾਂ ਵਧੀਆ ਰਿਹਾ। ਇਹ ਹੁਣ ਕੈਨੇਡੀਅਨ ਹੋ ਕੇ ਵੀ ਐਂ ਸੀਗਾ ਵੀ ਉਹ ਉਹ ਵਾਲੀ ਗੱਲ ਨਹੀਂ ਸੀ, ਬਹੁਤ ਜ਼ਿਆਦਾ ਮਿਲਣਸਾਰ, ਬੜਾ ਕਮਾਲ ਸੀ। ਇਹ ਚੀਜ਼ ਹੁੰਦੀ ਹੈ ਭਾਜੀ, ਇਹ ਇਹ ਚੀਜ਼ ਨੂੰ ਅਕਸਰ ਤੁਸੀਂ ਫੀਲ ਵੀ ਕਰਦੇ ਹੋ ਔਰ ਇਹੀ ਐਕਸਪੀਰੀਅੰਸ, ਇਹ ਮੈਮਰੀਜ਼ ਤੁਸੀਂ ਲੈ ਕੇ ਜਾਂਦੇ ਹੋ ਨਾ। ਮੈਂ ਇੱਕ ਇਹ ਵੀ ਫੀਲ ਕਰ ਰਿਹਾ ਭਾਜੀ ਕਿ ਜਦੋਂ ਅਮਰਦੀਪ ਹੋਰੀ, ਅਮਰਿੰਦਰ ਭਾਜੀ ਕਾਲਜ ਗਏ, ਸਾਰੇ ਇੱਕ ਸੈੱਟ ਤੇ ਹੁੰਦੇ ਨੇ, ਮਾਹੌਲ ਤਾਂ ਵੈਸੇ ਹੀ ਬੜਾ ਲਾਈਟ ਜਿਹਾ, ਜੋਕਸ ਵਗੈਰਾ ਚੱਲਦੇ ਰਹਿੰਦੇ ਹੋਣਗੇ ਇੱਕ ਦੂਜੇ ਦੀ ਲੱਤ ਕੇ ਜਾਈ। ਹੁਣ ਜਿੱਦਾਂ ਇੱਕ ਨਾ ਬੜੀ ਪੋਜ਼ਿਟਿਵਿਟੀ ਰਹਿੰਦੀ ਹੈ ਜਦੋਂ ਅਮਰਿੰਦਰ ਭਾਜੀ, ਕਾਲਜ ਭਾਜੀ, ਅਮਰ ਭਾਜੀ ਹੁੰਦੇ ਨੇ, ਉਹਨਾਂ ਦਾ ਇੱਕੋ ਹੀ ਮੰਨਣਾ ਕਿ ਨਹੀਂ ਤਸੱਲੀ ਹੋ ਰਹੀ ਨਾ ਕੋਈ ਚੱਕਰ ਨਹੀਂ, ਸਟ੍ਰੈਸ ਨਹੀਂ ਲੈਣਾ, ਟੈਨਸ਼ਨ ਨਹੀਂ ਲੈਣੀ, ਠੀਕ ਹੋ ਗਿਆ। ਮੈਨੂੰ ਗੋਲਕ ਬੁਗਨੀ ਚ ਵੀ ਸੇਮ ਭਾਜੀ ਨੇ ਹੈਨਾ ਐਸੇ ਤਰੀਕੇ ਨਾਲ ਸਾਂਭ ਕੇ ਰੱਖਿਆ ਵੀ ਟੈਨਸ਼ਨ ਕੋਈ ਨਹੀਂ ਲੈਣੀ, ਨਹੀਂ ਠੀਕ ਲੱਗਦੀ ਪਰਫੋਰਮੈਂਸ ਤੂੰ ਦੁਬਾਰਾ ਦੇਖ ਲਵੀਂ, ਦੁਬਾਰਾ ਕਰ ਲਾਂਗੇ ਆਪਾਂ, ਫੇਰ ਕਰ ਲਾਂਗੇ ਮੁੜ ਕੇ ਸੀਨ, ਦੁਬਾਰਾ ਹੀ ਕਰ ਦੇਂਗੇ ਸਾਰਾ ਸੀਨ। ਸੋ ਜਦੋਂ ਵੱਡੇ ਵੱਡੇ ਹਾਂ ਜਦੋਂ ਤੁਹਾਨੂੰ ਇਸ ਤਰੀਕੇ ਨਾਲ ਸਪੋਰਟ ਕਰਦੇ ਨਾ, ਹੈਲਪ ਕਰਦੇ ਨੇ, ਖੁੱਲਾ ਛੱਡਦੇ ਨੇ, ਉਦੋਂ ਫਿਰ ਪਰਫੋਰਮੈਂਸ ਆਪਦੇ ਅੰਦਰੋਂ ਵੀ ਹੁੰਦਾ ਕਿ ਨਹੀਂ ਯਾਰ ਉਹ ਬੈਟਰ ਕਰੀਏ ਜਿੰਨਾ ਹੋ ਸਕਦਾ, 100% ਉਹਨਾਂ ਦੀ ਹੈ। ਸੋ ਇਸ ਹਫ਼ਤਾ ਜੀ ਮੈਂ ਬਹੁਤ ਕੰਮ ਕੀਤਾ ਲੋਕਾਂ ਨਾਲ, ਸਾਰਿਆਂ ਨਾਲ, ਪਰ ਤਸੱਲੀ ਮੇਰੀ ਨਾ ਮੇਰੇ ਆਪਣੇ ਹੀ ਮੈਂ ਇਹਨੂੰ ਕਹਿੰਦਾ ਮੇਰਾ ਆਪਣਾ ਪ੍ਰੋਡਕਸ਼ਨ ਹਾਊਸ ਹੈ, ਮੈਨੂੰ ਇੱਥੇ ਆ ਕੇ ਤਸੱਲੀ ਹੁੰਦੀ ਹੈ, ਚਾਹੇ ਸੁਣਦੇ ਹੋਣ ਸਾਰੀ ਦੁਨੀਆ ਸੁਣ ਲਵੇ, ਮੈਨੂੰ ਤਸੱਲੀ ਇੱਥੇ ਆ ਕੇ ਹੁੰਦੀ ਹੈ। ਕੀ ਬਾਤ ਹੈ ਭਾਈ, ਤੇ ਪਤਾ ਇਹ ਵੀ ਚੱਲਿਆ ਕਿ ਪੰਜਾਬੀਆਂ ਦੀ ਟੀਮ 'ਚ ਇੱਕ ਗੋਰਾ ਵੀ ਕੰਮ ਕਰ ਰਿਹਾ ਸੀਗਾ, ਕਿਸੇ ਗੋਰੇ ਦਾ ਵੀ ਰੋਲ ਹੈਗਾ? ਗੋਰਾ ਹਾਂ ਹਾਂ ਹੈਗਾ, ਹਾਂ ਗੋਰਾ ਹੈਗਾ, ਉਹ ਮਤਲਬ ਜਿਵੇਂ ਜਿਹੜੇ ਵੀ ਆਪਾਂ ਕੰਮ ਕਰ ਰਹੇ ਹਾਂ ਨਾ, ਜਿਸ ਕੰਪਨੀ 'ਚ ਕੰਮ ਕਰਦੇ ਹਾਂ ਉੱਥੇ ਗੋਰਾ ਹੁੰਦਾ, ਉਹਦਾ ਵੀ ਸੀਨ ਵਧੀਆ, ਹਾਂ ਉਹਦਾ ਵੀ ਵਧੀਆ, ਠੀਕ ਹੈ ਠੀਕ, ਜੇ ਕੱਟਿਆ ਨਾ ਗਿਆ ਤੇ ਨਹੀਂ ਠੀਕ ਹੈ ਭਾਜੀ, ਸਸਪੈਂਸ ਜਿਹਾ ਬਣਿਆ ਹੋਇਆ ਬਹੁਤ ਜ਼ਿਆਦਾ ਵੈਸੇ, ਪਰ ਤੁਸੀਂ ਇੱਕ ਵਾਰ ਦੱਸ ਦਿਓ ਜੀ ਕਦੋਂ ਰਿਲੀਜ਼ ਡੇਟ ਤੇ ਕੀ ਸਾਰੇ ਆਪਣੀ ਰਿਲੀਜ਼ ਹਾਂਜੀ ਰਿਲੀਜ਼ ਜੋ ਪਲਾਨ ਕੀਤਾ ਹੋਇਆ ਜੀ 5 ਜੂਨ ਨੂੰ, 7 ਜੂਨ ਤੇ 5 ਜੂਨ ਤੇ 5th ਆਫ ਜੂਨ ਨੂੰ ਇੰਡੀਆ ਚ ਕੀਤੀ ਜਾ ਰਹੀ ਹੈ, 7th ਜੂਨ ਨੂੰ ਓਵਰਸੀਜ਼, 7 ਜੂਨ ਆਲ ਰਾਈਟ ਠੀਕ ਹੈ, ਓਵਰਸੀਜ਼ ਸਾਰੇ ਠੀਕ ਹੈ ਠੀਕ ਹੈ, ਕਿਉਂਕਿ ਸਾਨੂੰ ਤਾਂ ਫਿਰ ਆਸਟ੍ਰੇਲੀਆ ਬੈਠਿਆਂ ਨੂੰ 7 ਜੂਨ ਦਾ ਹੀ ਪੋਸਟਰ ਮਿਲ ਰਿਹਾ ਜੀ, 7 ਜੂਨ ਹੀ ਨੂੰ ਤੁਸੀਂ ਆਪਾਂ 7 ਜੂਨ ਹੀ ਮੰਨ ਕੇ ਚੱਲਣਾ ਜੀ 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 ਜੀ, ਆਪਾਂ ਸਾਥ ਹੋਰ ਗੱਲਾਂ ਤੇ ਧਿਆਨ ਨਾ ਦਿਓ, ਮੇਰੀਆਂ ਗੱਲਾਂ ਤੇ ਨਾ ਜਾਇਓ, ਰਿਲੀਜ਼ ਵਾਲੀਆਂ 7 ਜੂਨ ਹੀ ਮੰਨ ਕੇ ਚੱਲੀਏ। ਚਲੋ ਥੈਂਕ ਯੂ ਭਾਜੀ, ਵਿਸ਼ ਯੂ ਅ ਵੈਰੀ ਗੁੱਡ ਲੱਕ ਭਾਜੀ, ਤੇ ਬਹੁਤ ਜ਼ਿਆਦਾ ਮਿਹਨਤ ਕਰਦੇ ਹੋ, ਤੁਹਾਡੀ ਦਿਖਦੀ ਵੀ ਹੈ ਜੀ ਉਹ, ਤੇ ਨਾਡੂ ਖਾਨ ਦੀ ਸਫਲਤਾ ਤੋਂ ਬਾਅਦ ਇੱਕ ਵਾਰ ਫਿਰ ਤੋਂ ਮੁਬਾਰਕਾਂ, ਤੇ ਲਾਈਏ ਜੇ ਯਾਰੀਆਂ ਦੇ ਲਈ, ਐਕਸਾਈਟਿਡ, ਐਕਸਾਈਟਮੈਂਟ ਔਨ ਟੌਪ ਲੈਵਲ। ਯੈਸ ਯੈਸ ਭਾਜੀ, ਟੌਪ ਲੈਵਲ ਤੇ ਹੈ, ਤੇ ਬਾਕੀ ਲਿਸਨਰਸ ਨੂੰ ਜ਼ਰੂਰ ਤੁਸੀਂ ਸਮਾਂ ਕੱਢਿਓ। ਸ਼ੁਰ ਭਾਜੀ ਲੈ ਸਮਾਂ ਭਾਜੀ, ਅਸਾਂ ਰੱਜ ਰੱਜ ਜਾਣਾ ਹੈ ਜੀ ਫਿਲਮ ਦੇਖਣ। ਜ਼ਰੂਰ ਜ਼ਰੂਰ, ਚਲੋ ਬਹੁਤ ਸ਼ੁਕਰੀਆ ਭਾਜੀ, ਤੇ ਮੈਨੂੰ ਪਤਾ ਤੁਸੀਂ ਕੈਨੇਡਾ 'ਚ ਬੈਠੇ ਹੋ, ਸੋ ਜ਼ਿਆਦਾ ਟਾਈਮ ਨਹੀਂ ਲੈਂਦੇ, ਹੈਵ ਅ ਗੁੱਡ ਨਾਈਟ ਭਾਜੀ। ਕੋਈ ਗੱਲ ਨਹੀਂ, ਥੈਂਕ ਯੂ, ਗੁੱਡ ਨਾਈਟ, ਗੁੱਡ ਨਾਈਟ, ਬਾਏ ਜੀ, ਟੇਕ ਕੇਅਰ, ਥੈਂਕ ਯੂ ਭਾਜੀ। ਹਰੀਸ਼ ਵਰਮਾ, ਸੋ ਇਹ ਫਿਲਮ ਜਿਹੜੀ ਆ ਰਹੀ ਹੈ ਜੀ ਲਾਈਏ ਜੇ ਯਾਰੀਆਂ, ਸੋ ਸਮੇਂ ਸਮੇਂ 'ਤੇ ਅਸੀਂ ਹੋਰ ਵੀ ਆਰਟਿਸਟ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਜੀ, ਇਸ ਫਿਲਮ ਦੇ ਨਾਲ ਜੁੜੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਕਰਾਂਗੇ, ਪਰ ਫਿਲਹਾਲ ਤੁਸੀਂ ਇਸ ਗਾਣੇ ਨੂੰ ਕੱਢ ਲਓ ਇੰਜੋਏ, ਲਾਈਏ ਜੇ ਯਾਰੀਆਂ। ਆ ਯਾਰ ਪਹਿਲਾਂ ਹੀ ਗਾਣਾ ਇੰਨਾ ਸੋਹਣਾ,
ਹਰੀਸ਼ ਵਰਮਾ ਤੇ ਰੂਪੀ ਗਿੱਲ ਗੈਰੀ ਰੰਧਾਵਾ ਯਾਨੀ ਅਮਰਿੰਦਰ ਗਿੱਲ ਆਪਣੇ ਉਸ ਕਿਰਦਾਰ 'ਚ ਹੋਣਗੇ ਅਤੇ ਨਾਲ ਹੋਣਗੇ ਰੂਬੀਨਾ ਬਾਜਵਾ ਸੁੱਖ ਸੰਘੇੜਾ ਦੀ ਡਾਇਰੈਕਟ ਕੀਤੀ ਹੋਈ ਇਹ ਫਿਲਮ ਧੀਰਜ ਰਤਨ ਦੀ ਲਿਖੀ ਹੋਈ ਅਤੇ ਉਹਨਾਂ ਦੇ ਡਾਇਲੋਗ ਅਤੇ ਨਾਲ ਅਮਰਦੀਪ ਹੋਰਾਂ ਦੇ ਡਾਇਲੋਗ ਸੋ ਦੇਖਦੇ ਹਾਂ ਜੀ ਕਿ ਲਾਈਏ ਜੇ ਯਾਰੀਆਂ 7 June 2019 ਨੂੰ ਜਦੋਂ ਤੁਹਾਡੇ ਸਿਨੇਮਾ ਘਰਾਂ 'ਚ ਦਸਤਕ ਦੇਵੇਗੀ ਅਤੇ ਉਹਦੀ ਸਾਰੀ ਜਾਣਕਾਰੀ ਸਾਡੇ ਫੇਸਬੁੱਕ ਪੇਜ 'ਤੇ ਤੁਹਾਨੂੰ ਆਉਂਦੇ ਟਾਈਮਾਂ ਦੇ ਵਿੱਚ ਮਿਲਦੀ ਰਹੇਗੀ ਸੁਣਦੇ ਰਹੋ ਰੇਡੀਓ ਹਾਂਜੀ 1674 AM ਤੂੰ ਝੱਟ ਦੇਣੀ ਕੰਨਾਂ ਵਿੱਚ ਪਾ ਲੀਆਂ ਨੀ ਮੈਂ ਮੇਲੇ ਚੋਂ ਲਿਆਇਆ ਸੀ ਗਵਾਲੀਆਂ ਤੇ ਤੂੰ ਝੱਟ ਦੇਣੀ ਕੰਨਾਂ ਵਿੱਚ ਪਾ ਲੀਆਂ ਨਾਲੇ ਚੂੜੀਆਂ ਦਾ ਲੈ ਗਿਆ ਸੀ ਮੇਚਨੀ ਨਾਲੇ ਚੂੜੀਆਂ ਦਾ ਲੈ ਗਿਆ ਸੀ ਮੇਚਨੀ ਖਲੜੀਆਂ ਸੀ ਗਜਲੇ ਸਮੇਤ ਨੀ ਖਲੜੀਆਂ ਸੀ ਗਜਲੇ ਸਮੇਤ ਵੇ ਖਲੜੀਆਂ ਸੀ ਗਜਲੇ ਸਮੇਤ ਨੀ ਹਾਰਦਾ ਸੀ ਮੈਂ ਵੀ ਲੋਕਾਂ ਨਾਲ ਫਿਰਦਾ ਵਿਗਾੜਦਾ ਜਦ ਚੜ